हाँ तुसी भी कर दो एक करे ठीक है। हाँ आ लो भी फूड वगैरह सब बफे कल नजारा बनया पा बहुत वधिया पा जी ताही तेनू अपनो आया कुछ नहीं है यूट्यूब तो ਲੋਕਾਂ ਨੂੰ ਨੈਕਸਟ ਨੈਸ ਕੈਫੇ ਦੀ ਨਹੀਂ ਮਿਲਦੀ ਹੈ ਸਟਾਰਬਕਸ ਘਰੇ ਬੈੱਡ ਭਰੀ ਬੈਠਾ ਮੈਂ ਦੇਖ ਲਓ ਇਹੋ ਜਿਹਾ ਭਰਾ ਹਰੇਕ ਨੂੰ ਮਿਲਣਾ ਚਾਹੀਦਾ ਮੈਂ ਆਹ ਦੇਖ ਲਓ ਹੈਲੋ ਐਵਰੀਵਨ ਕੀ ਹਾਲ ਚਾਲ ਜੀ ਤੁਹਾਡੇ ਸਾਰਿਆਂ ਦਾ ਹੋਪ ਕਰਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਨਵਾਂ ਦਿਨ ਤੇ ਨਵੇਂ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਬਸ ਆਪਾਂ ਰੈਡੀ ਹੋ ਚੁੱਕੇ ਹਾਂ ਤੇ ਬਸ ਹੁਣ ਰੈਡੀ ਹੋ ਕੇ ਆਪਾਂ ਚੱਲਦੇ ਹਾਂ ਆਪਣੀ ਸ਼ੋਪ ਤੇ ਹੁਣ ਸਿੱਧਾ ਤੁਹਾਨੂੰ ਗਾਈ ਸ਼ੋਪ ਤੇ ਹੀ ਮਿਲਦੇ ਆ ਸੋ ਗਾਈ ਸ਼ੋਪ ਤੇ ਚਲੇ ਗਏ ਸੀਗੇ ਤੇ ਸ਼ੋਪ ਤੇ ਜਾ ਕੇ ਨਾ ਸਮਾਨ ਹਜੇ ਲਗਾ ਕੇ ਆਪਾਂ ਵਿਹਲੇ ਹੋਏ ਸੀਗੇ ਤੇ ਉਦੋਂ ਹੀ ਨਾ ਮੈਨੂੰ ਫੋਨ ਆਇਆ ਵੀਰੇ ਦਾ ਕਹਿੰਦੇ ਯਾਰ ਸਾਡੀ ਵੀਡੀਓ ਰਹਿ ਗਈ ਤੇ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਸੀਗਾ ਮੇਰੇ ਦਿਮਾਗ 'ਚ ਨਿਕਲ ਗਿਆ ਬਸ ਹੁਣ ਆਪਾਂ ਰੈਡੀ ਹੋ ਚੱਲੇ ਆ ਲਓ ਜੀ ਪਿੰਟੂ ਜੀ ਵੀ ਅੱਜ ਆਪਣੇ ਨਾਲ ਆ ਤੁਹਾਨੂੰ ਦਿਖਾਈਏ ਨਾ ਸਟੋਰ ਹਾਂ ਆਸ਼ੀਸ਼ ਵੀਰਾ ਵੀ ਆਪਣੇ ਨਾਲ ਆ ਤੇ ਬਸ ਹੁਣ ਆਪਾਂ ਚੱਲੇ ਆ ਸਰਕਾਰੀ ਅਫਸਰ ਵੀ ਨਾਲ ਆ ਆਪਣੇ ਛੁੱਟੀ ਹਾਂ ਤੇ ਬਸ ਹੁਣ ਆਪਾਂ ਸ਼ੋਪ ਤੋਂ ਫੇ ਚੱਲਦੇ ਆ ਸ਼ੂਟ ਤੇ ਤੇ ਤੁਹਾਨੂੰ ਗਾਈਸ ਨੂੰ ਸਿੱਧਾ ਸ਼ੂਟ ਤੇ ਮਿਲਦੇ ਆ ਜਾ ਕੇ ਵਧੀਆ ਵਧੀਆ ਚੀਜ਼ਾਂ ਦਿਖਾਉਂਦੇ ਆ ਉੱਥੇ ਚੱਲ ਕੇ ਆ ਗਏ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਆਪਾਂ ਸ਼ੂਟ ਤੇ ਚੱਲੇ ਆ ਲੋਕੇਸ਼ਨ ਤੇ ਆ ਗਏ ਸੀਗੇ ਤੇ ਸ਼ੂਟ ਕਰੀ ਜਾਂਦੇ ਸੀਗੇ ਤੇ ਮੈਂ ਸੋਚਿਆ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਵੀ ਮਿਲ ਲਿੱਤਾ ਜਾਵੇ ਹਾਂਜੀ ਪਿੰਟੂ ਜੀ ਕਿਵੇਂ ਜਾਂਦਾ ਸ਼ੂਟ ਵਧੀਆ ਚੱਲੀ ਜਾਂਦਾ ਸ਼ੂਟ ਜੀ ਠੀਕ ਹੈ ਠੀਕ ਹੈ ਵੀਰੇ ਤੇ ਆਪਣੇ ਨਾਲ ਇੱਥੋਂ ਦੇ ਓਨਰ ਵੀਰੇ ਰੀ ਤੇ ਵੀਰਾ ਵੀਰ ਬਹੁਤ ਵਧੀਆ ਦਿਖਾਉਂਦਾ ਪਿਆ ਤੁਸੀਂ ਬਸ ਵੀਰੇ ਦੀ ਵੀਡੀਓ ਦੇਖ ਲਿਓ ਸਾਰੇ ਜਾਣੇ ਤੇ ਹੋਰ ਵੀਰੇ ਠੀਕ ਠਾਕ ਹੋ ਬਹੁਤ ਵਧੀਆ ਬਹੁਤ ਵਧੀਆ ਵੀਡੀਓ ਦੇਖੋਗੇ ਓਨਾ ਹੀ ਮਜ਼ਾ ਆਊ ਓਨਾ ਹੀ ਡਿਸਕਾਊਂਟ ਮਿਲੂਗਾ ਤੁਹਾਨੂੰ ਸਮਾਨ ਤੇ ਦੇਖ ਲਿਓ ਪੂਰਾ ਡਿਸਕਾਊਂਟ ਦੇ ਪੂਰੀ ਪੂਰੀ ਇਹ ਟਰੈਵਲ ਇਟ ਲਵ ਦੇ ਨਾਮ ਤੇ ਕਹਿ ਦਿਓ ਚੈਨਲ ਤੋਂ ਆਇਆ ਤੁਹਾਨੂੰ ਹੋਰ ਡਿਸਕਾਊਂਟ ਮਿਲੂਗਾ ਠੀਕ ਭਾਜੀ ਮਿਲੂਗਾ ਹਾਂ ਦੇਖ ਲਓ ਠੀਕ ਹੈ ਹਾਂਜੀ ਸ਼ੀ ਜੀ ਹੋਰ ਡਿਸਕਾਊਂਟ ਮਿਲੂਗਾ ਹਾਂ ਲਓ ਜੀ ਸ਼ੀ ਜੀ ਨੇ ਵੀ ਕਰਤਾ ਵੀਰੇ ਉਹਨਾਂ ਨੂੰ ਕਰੋ ਸਬਸਕ੍ਰਾਈਬ ਬਤ ਬਤ ਕਰੋ ਵੀਰੇ ਠੀਕ ਹੈ ਠੀਕ ਹੈ ਤੇ ਵੀਰੇ ਇੱਕ ਨਾ ਸਾਡਾ ਇੱਕ ਡਾਇਲੋਗ ਹੈ ਅਸੀਂ ਜਦੋਂ ਰੋਜ਼ ਨਾ ਕਿਤੇ ਖੁਸ਼ ਹੁੰਨੇ ਆ ਕਿਤੇ ਜਗ੍ਹਾ ਜਾ ਕੇ ਖੁਸ਼ ਹੁੰਨੇ ਆ ਅਸੀਂ ਐਕਸ਼ਨ ਕਰਦੇ ਹੁੰਨੇ ਆ ਵਾਲਾ ਆ ਠੀਕ ਹੈ ਤੁਸੀਂ ਹਾਂ ਆ ਠੀਕ ਹਾਂ ਹਾਂ ਤੁਸੀਂ ਵੀ ਕਰ ਦਿਓ ਇੱਕ ਕਰੇ ਠੀਕ ਹੈ ਹਾਂ ਆ ਲੋ ਵੀ ਕਰਤਾ ਲਾ ਬਸ ਤੁਸੀਂ ਸਾਰੇ ਜਣੇ ਮੈਨੂੰ ਪਤਾ ਵੀਡੀਓ ਭੇਜੀ ਜਾਂਦੇ ਹੋ ਮੈਂ ਇੱਕ ਦਿਨ ਇਕੱਠੀ ਕਲਿੱਪ ਬਣਾ ਕੇ ਮੈਂ ਸਾਰਿਆਂ ਦੀਆਂ ਪਾ ਦੇਣੀ ਹੈ ਤੇ ਠੀਕ ਹੈ ਗਾਇਸ ਤੁਸੀਂ ਕਰ ਲਈਏ ਸ਼ੂਟ ਤੇ ਬਾ ਫਿਰ ਤੁਹਾਨੂੰ ਸਿੱਧਾ ਸ਼ੋਪ ਤੇ ਮਿਲਾਂਗੇ ਜਾ ਕੇ ਆਪਾਂ ਸੁਬੇ ਤੁਸੀਂ ਮੇਰੇ ਕੱਪੜੇ ਚੇਂਜ ਦੇ ਕੇ ਹੈਰਾਨ ਹੁੰਦੇ ਹੋਵੋਗੇ ਤੇ ਕੱਲ ਨਾ ਵਲੌਗ ਸੀਗਾ ਜਿਹੜਾ ਉਹ ਖਤਮ ਕਰਨਾ ਆਪਾਂ ਕੀਤਾ ਨਹੀਂ ਸੀਗਾ ਤੇ ਬਸ ਹੁਣ ਅੱਜ ਆਪਾਂ ਨੈਕਸਟ ਤੇ ਚੜ ਚੁੱਕਿਆ ਵੈ ਤੇ ਅੱਜ ਆਪਾਂ ਸ਼ੂਟ ਤੇ ਖੜੇ ਆ ਤੇ ਆਪਣਾ ਸ਼ੂਟ ਤੁਹਾਨੂੰ ਮੈਂ ਦਿਖਾਉਣਾ ਲਓ ਦੇਖ ਲਓ ਗਾਇਸ ਤੁਸੀਂ ਆਪਣਾ ਫੂਡ ਸਾਰਾ ਲੱਗਿਆ ਹੋਇਆ ਵੈ ਤੇ ਲੋਕੇਸ਼ਨ ਤੁਹਾਨੂੰ ਜੇ ਤੁਸੀਂ ਆ ਸਾਰੀ ਲੋਕੇਸ਼ਨ ਦੇਖਣੀ ਹੈ ਵੀ ਕਿੱਥੇ ਆ ਕਿੱਥੇ ਹੈਗੇ ਆ ਤੇ ਉਹ ਤੁਸੀਂ ਆਪਣੀ ਪਹਿਲਾਂ ਵਾਲੀ ਇੱਕ ਜਿਹੜੀ ਵੀਡੀਓ ਆ ਤੁਸੀਂ ਉਹ ਜਿਹੜੀ ਪਾਉਂਗਾ ਉਹ ਤੁਸੀਂ ਦੇਖ ਲਿਓ ਤੁਹਾਨੂੰ ਸਾਰੀ ਲੋਕੇਸ਼ਨ ਵਗੈਰਾ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਅੱਜ ਆਪਣੇ ਨਾਲ ਵੱਡਾ ਵੀਰਾ ਹੈਗਾ ਵਾ ਆਸ਼ੀਸ਼ ਵੀਰਾ ਅਜੇ ਵੀਰਾ ਤੇ ਪ੍ਰਦੀਪ ਵੀਰਾਂ ਦੇ ਸਾਰੇ ਜਾਣਦੇ ਹੀ ਹੋ ਤੇ ਸਾਰੇ ਭਰਾ ਆਪਣੇ ਨਾਲ ਜਿੱਥੇ ਵਲੌਗ ਸ਼ੂਟ ਕਰਦੇ ਪਿਆ ਸੀ ਤੇ ਬਸ ਹੁਣ ਤੁਹਾਨੂੰ ਗਾਇਸ ਵਲੌਗ ਸ਼ੂਟ ਕਰਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਵਲੌਗ ਦਾ ਆਪਾਂ ਸ਼ੂਟ ਖਤਮ ਕਰ ਲਈਏ ਬਹੁਤ ਜ਼ਿਆਦਾ ਬਿਜ਼ੀ ਡੇ ਅੱਜ ਤੁਸੀਂ ਪੁੱਛੋਣਾ ਕਿੱਥੇ ਕਿੱਥੇ ਕਿਵੇਂ ਕਿਵੇਂ ਤੁਰੇ ਫਿਰਦੇ ਆ ਤੇ ਬਸ ਹੁਣ ਆਪਾਂ ਵਲੌਗ ਖਤਮ ਸ਼ੁਰੂ ਆਪਣਾ ਸ਼ੂਟ ਖਤਮ ਕਰ ਲਈਏ ਫਿਰ ਤੁਹਾਨੂੰ ਮਿਲਦੇ ਆ ਗਾਇਸ ਸੋ ਗਾਇਸ ਆਪਣਾ ਸ਼ੂਟ ਤਾਂ ਡਨ ਹੋ ਗਿਆ ਜੀ ਸਾਰਾ ਤੇ ਅੰਕਲ ਦਾ ਫੂਡ ਵਗੈਰਾ ਸਭ ਬਫੇ ਅੰਕਲ ਨੇ ਨਜ਼ਾਰਾ ਬੰਨਿਆ ਪਿਆ ਬਹੁਤ ਵਧੀਆ ਵੈ ਜੀ ਆ ਜਾਓ ਹੁਣ ਤੁਸੀਂ ਵੀ ਸਾਰੇ ਜਣੇ ਆ ਕੇ ਉਹਦਾ ਇੰਜੋਏ ਕਰ ਸਕਦੇ ਹੋ ਇੱਥੇ ਤੇ ਆਪਣੇ ਨਾਲ ਅੰਕਲ ਜੀ ਬੈਠੇ ਜਿਵੇਂ ਤੁਹਾਨੂੰ ਪਤਾ ਅੰਕਲ ਜੀ ਠੀਕ ਹੋ ਬਹੁਤ ਲਓ ਜੀ ਬਸ ਹੁਣ ਸਾਡੀ ਸਵੀਟ ਡਿਸ਼ ਚੱਲਦੀ ਵੀ ਸਾਡੀ ਬੈਠਿਆਂ ਦੀ ਗੱਲਾਂ ਬਾਤਾਂ ਕਰੀ ਜਾਂਦੇ ਬਾਊ ਜੀ ਸਾਡੀ ਪੈਕਿੰਗ ਕਰੀ ਜਾਂਦੇ ਆ ਤੇ ਅਜੇ ਵੀਰਾ ਦੇਖ ਰਹੇ ਇੰਜੋਏ ਕਰ ਰਿਹਾ ਲੇਟ ਲੱਗ ਗਈ ਸਾਡੀ ਆ ਲੋ ਜੀ ਅਸੀਂ ਹਾਂ ਹੁਣ ਇਹਨਾਂ ਨੇ ਵੀ ਖਾਣਾ ਲਾਇਆ ਸਾਰੇ ਖਾ ਪੀ ਕੇ ਫਿਰ ਅਸੀਂ ਐ ਪੂਰਾ ਵਧੀਆ ਆਈਦਾ ਅੰਕਲ ਬੜਾ ਮਾਣ ਅੰਕਲ ਜੀ ਜੇ ਮੈਂ ਤੁਹਾਡੀ ਗੱਲ ਕਰਾਂ ਨਾ ਅੰਕਲ ਦੀ ਤਾਂ ਅੰਕਲ ਨੇ ਬੜਾ ਵਧੀਆ ਅੰਕਲ ਜਿਹੜਾ ਵੀ ਆਏ ਨੇ ਤੁਹਾਨੂੰ ਜਾਣ ਦੇਣਾਗਾ ਵਧੀਆ ਯਾਰ ਆਪਣੇ ਨਾਲ ਪਿਆਰ ਬਹੁਤ ਆ ਯਾਰ ਅੰਕਲ ਹਰ ਬੰਦਾ ਕਹਿੰਦਾ ਰਿਸਪੈਕਟ ਕਰਦੇ ਆ ਯਾਰ ਤਾਂ ਹੀ ਤੈਨੂੰ ਆਪਾਂ ਨੂੰ ਆਇਆ ਕੁਝ ਨਹੀਂ ਹੈ YouTube ਤੋਂ ਪਰ ਜਿਹੜਾ ਪਿਆਰ ਆ ਬਸ ਇਹ ਪਿਆਰ ਨਾਲ ਆਪਾਂ ਤੁਰੇ ਫਿਰਦੇ ਆ ਤਾਂ ਵਧੀਆ ਲੱਗਦਾ ਯਾਰ ਆਪਾਂ ਆਪਣੇ ਮੇਰੇ ਵੀਡੀਓ ਨਾਲ ਕਿਸੇ ਦਾ ਫਾਇਦਾ ਹੁੰਦਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਯਾਰ ਤੇ ਬਸ ਹੁਣ ਆਪਾਂ ਆਪਣਾ ਭਰਾਰੀ ਰੋਟੀ ਵਗੈਰਾ ਖਾ ਲੈਣ ਤੇ ਬਸ ਹੁਣ ਗਾਇਸ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਆਪਾਂ ਸੁਬੇ ਦਾ ਆਪਾਂ ਸ਼ੂਟ ਤੋਂ ਵਿਹਲੇ ਹੋ ਚੁੱਕੇ ਆ ਹੁਣ ਤੇ ਜਿਹੜੇ ਤੁਸੀਂ ਵੀਰਾਂ ਦੇਖਦੇ ਪਏ ਹੋ ਬੜੀ ਸੇਵਾ ਕੀਤੀ ਆਪਣੇ ਖਾਸ ਆ ਬੜਾ ਇਹਨਾਂ ਨੇ ਬੀਬੀਆਈ ਪੀ ਟ੍ਰੀਟਮੈਂਟ ਤੁਸੀਂ ਲਾ ਲਓ ਉਹ ਦਿੱਤਾ ਇਹਨਾਂ ਨੇ ਆਪਾਂ ਨੂੰ ਇੱਥੇ ਫੂਡ ਵਗੈਰਾ ਹਰ ਤਰ੍ਹਾਂ ਦਾ ਬੜਾ ਵਧੀਆ ਵੀਰੇ ਨੇ ਮਾਨ ਦਿੱਤਾ ਤੇ ਥੈਂਕ ਯੂ ਵੀਰੇ ਤੁਸੀਂ ਟਾਈਮ ਦਿੱਤਾ ਸਰ ਤੇ ਬਸ ਗਾਇਸ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਆਪਾਂ ਸੁਗਾ ਸ਼ੂਟ ਡਨ ਕਰਕੇ ਨਾ ਅਸੀਂ ਸਾਡਾ ਪਿੰਡਾਂ ਵਾਲੀ ਵਾਈਬ ਲੈਣ ਦਾ ਮੂਡ ਆਉਂਦਾ ਜੀ ਪੂਰਾ ਤੇ ਮੈਂ ਸੋਚਿਆ ਜੇ ਪਿੰਡਾਂ ਵਾਲੀ ਵਾਈਬ ਲੈਣੀ ਹੈ ਤਾਂ ਆਪਾਂ ਚੱਲਦੇ ਹਾਂ ਕਾਹੇ ਦੇ ਘਰੇ ਕਾਹੇ ਦੇ ਘਰੇ ਤੁਸੀਂ ਦੇਖ ਲਓ ਆ ਕਬੂਤਰ ਖੇਤ ਬਹੁਤ ਘੈਂਟ ਆ ਖੜਾ ਮੁੰਡਾ ਵੀ ਮੁੰਡਾ ਚੱਲਿਆ ਹੀ ਨਾਣ ਅੱਜ ਤਾਂ ਦੋਨਾਂ ਦੇ ਇਕੱਠੇ ਹੋਏ ਆ ਭਰਾ ਰਹੀ ਇਹਦਾ ਦੋਨੋਂ ਇਕੱਠੇ ਮੁਸ਼ਕਲ ਹੀ ਮਿਲਦੇ ਆ ਪਰ ਇਹ ਅੱਜ ਇਕੱਠੇ ਹੋਏ ਖੜਿਆ ਦੇਖ ਲਓ ਤੁਸੀਂ ਸੋ ਗਾਇਸ ਬਸ ਆਪਾਂ ਇੰਜੋਏ ਕਰਦੇ ਆ ਇੱਥੇ ਪਿੰਡਾਂ ਪੁੰਡਾਂ ਪੂਰੀ ਵਾਈਬ ਲੈਂਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਗਾਇਸ ਲਓ ਜੀ ਉੱਡਦੇ ਉੱਡਦੇ ਖਬਰ ਪਤਾ ਲੱਗੀ ਕਾਹ ਕਹਿੰਦਾ ਅਸੀਂ ਬਾਜ ਰੱਖਿਆ ਹੋਇਆ ਇਹਨਾਂ ਸਾਨੂੰ ਰੋਜ਼ ਕਹਿੰਦਾ ਸੀ ਦੁਕਾਨ ਤੇ ਆ ਕੇ ਵੀ ਸਾਡੇ ਬਾਜ ਰੱਖਿਆ ਸਾਡੇ ਬਾਜ ਰੱਖਿਆ ਉਹਨਾਂ ਨੂੰ ਇੱਕ ਬਾਜ ਵੀ ਦਿਖਾਉਣਾ ਵੀ ਇਹਨੇ ਕਿਹੜਾ ਬਾਜ ਰੱਖਿਆ ਹੋਇਆ ਆਹ ਲਓ ਜੀ ਦੇਖ ਲਓ ਆਹ ਬਾਜ ਦੀ ਗੱਲ
ਦੇਖ ਲਓ ਹਾਲ ਗਾਈਸ ਗਾਈਸ ਤੁਸੀਂ ਘਰ ਦੇਖ ਲਓ ਇਹਨਾਂ ਦੇ ਜਿਵੇਂ ਫਿਲਮਾਂ ਹੀ ਨਹੀਂ ਆਪਾਂ ਦੇਖਦੇ ਹੁੰਦੇ ਕਿ ਇੱਕ ਘਰ ਤੋਂ ਦੂਜੇ ਘਰ ਦੂਜੇ ਵਜੋਂ ਲੜਦੇ ਟੱਪ ਜਾਂਦੇ ਹੁੰਦੇ ਆ ਇਹਦਾ ਸੇਮ ਉੱਦਾਂ ਦੀ ਫੀਲਿੰਗ ਹੈ ਇਹਨਾਂ ਦੇ ਕਾਜ ਵੀ ਵੀਰੇ ਤੁਹਾਡਾ ਘਰ ਨਹੀਂ ਤੁਹਾਡਾ ਫਿਲਮ ਇੱਥੇ ਤਾਂ ਸ਼ੂਟਿੰਗ ਹੋਣੀ ਚਾਹੀਦੀ ਤੁਹਾਡੇ ਕੋਈ ਨਾ ਹਾਂ ਮੈਂ ਦਿਖਾਤੀ ਦੇਖ ਲਓ ਕਾਜ ਜੀ ਤੁਹਾਡੇ ਨਾਲ ਗੱਲ ਕਰਨੀ ਆ ਸਾਡੀ ਜਿਹੜੀ ਇਨ ਫਿਊਚਰ ਫਿਲਮ ਆਉਣ ਵਾਲੀ ਆ ਸਾਡੀ ਤੁਸੀਂ ਸਾਨੂੰ ਜਹਾਜ਼ ਕੋਠਾ ਦੇ ਦੋਗੇ ਨਾ ਐਸੇ ਸ਼ੂਟਿੰਗ ਕਰਨੀ ਆ ਸਰ ਆਪਣੀ ਲਾਈਵ ਕੈਮਰਾ ਆਪਣੀ ਗੱਲ ਹੋ ਗਈ ਹੁਣ ਆਪਣੀ ਅਗਲੀ ਸ਼ੂਟਿੰਗ ਜਦੋਂ ਆਪਾਂ ਤੋਂ ਭੱਜਣਾ ਲੜਦੇ ਲੜਦੇ ਆਪਾਂ ਅਸੀਂ ਕੋਠਿਆਂ ਤੋਂ ਭੱਜਣਾ ਵੀ ਦੇਖ ਲਓ ਸਾਰੇ ਜਾਣੇ ਤੁਹਾਨੂੰ ਲੋਕੇਸ਼ਨ ਪਹਿਲਾਂ ਸ਼ੇਅਰ ਕਰਤੀ ਆਪਾਂ ਸਾਰਿਆਂ ਨੂੰ ਸੋ ਫਾਈਨਲ ਗਾਇਸ ਘਰ ਲੈ ਲੈਣਾ ਡੋਸਾ ਤੇ ਪਲੇਟਾਂ ਆਪਾਂ ਦੇ ਦੇਈ ਡੋਸੇ ਆਪਣੇ ਲੱਗੀ ਜਾਂਦੇ ਆ ਦੇਖ ਲਓ ਘਰੋਂ ਸਪੈਸ਼ਲ ਫੋਨ ਆ ਗਿਆ ਬਸ ਫਿਰ ਸਾਰੇ ਕੰਮ ਵਗੈਰਾ ਛੱਡ ਕੇ ਹੁਣ ਡੋਸੇ ਵਗੈਰਾ ਲੈ ਜਾਂਦੇ ਆ ਤੇ ਬਸ ਹੁਣ ਡੋਸੇ ਪੈਕ ਹੀ ਕਰਾਉਣੇ ਆਪਾਂ ਖਾਣੇ ਸੀਗੇ ਤੇ ਬਸ ਪੈਕ ਕਰਾ ਕੇ ਬਸ ਹੁਣ ਘਰੇ ਆ ਕੇ ਮਿਲਦਾ ਗਾਈ ਸਿੱਧਾ ਹੁਣ ਸੋ ਫਾਈਨਲ ਗਾਈਜ਼ ਆਪਾਂ ਆ ਚੁੱਕੇ ਹੁਣ ਆਪਣੇ ਘਰੇ ਲਓ ਜੀ ਆਪਣੀ ਹੋ ਰਹੀ ਹੈ ਐਂਟਰੀ ਚਲੋ ਜੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਾਂ ਕਿਵੇਂ ਇਹ ਤਾਂ ਪੱਕਾ ਆਪਣਾ ਇੱਦਾਂ ਹੀ ਕਰਦਾ ਜੀ ਇਹਦਾ ਤਾਂ ਪੱਕਾ ਵੈ ਇਹਨੇ ਪੱਕਾ ਅਸੀਂ ਆਪਣੇ ਸਾਰਾ ਇਹਨੇ ਅਸੀਂ ਵੈਲਕਮ ਕਰਦਾ ਰੋਜ਼ ਆ ਕੇ ਸੋ ਗਾਈਜ਼ ਆ ਗਿਆ ਘਰੇ ਹੁਣ ਚੇਂਜ ਵਗੈਰਾ ਕਰ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਗਾਈਜ਼ ਸਿੱਧਾ ਸੋ ਗਾਈਜ਼ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਘਰੇ ਆ ਗਏ ਸੀਗੇ ਤੇ ਘਰੇ ਆ ਕੇ ਸ਼ਾਮੀ ਫਿਰ ਮੈਂ ਸੋ ਗਿਆ ਸੀਗਾ ਤੇ ਹੁਣ ਰਾਤ ਦੇ ਵੱਜੇ ਹੋਏ ਆ 9 ਤੇ ਬਸ ਹੁਣ ਦੋ ਤਿੰਨ ਵੀਡੀਓ ਐਡਿਟ ਕਰਨ ਵਾਲੀਆਂ ਪਈਆਂ ਤੁਹਾਡੇ ਜਿਹੜੀਆਂ ਆਪਾਂ ਲੈ ਕੇ ਆਉਣੀਆਂ ਆਉਣ ਵਾਲੇ ਟਾਈਮ 'ਚ ਤੇ ਬਸ ਹੁਣ ਐਡਿਟ ਕਰਦੇ ਹਾਂ ਵੀਡੀਓ ਨੂੰ ਤੇ ਵੀਰਿਆਰੀ ਤੱਕ ਲੁਧਿਆਣੇ ਚਲੇ ਗਏ ਸੀਗੇ ਤੇ ਉਹ ਵੀ ਹਜੇ ਤੱਕ ਆਏ ਨੀਗੇ ਬਸ ਮੈਂ ਵੀ ਵੀਡੀਓ ਐਡਿਟ ਕਰਕੇ ਫਿਰ ਮੈਂ ਸੋ ਜਾਊਂਗਾ ਤੇ ਬਸ ਆਪਾਂ ਅੱਜ ਦਾ ਵਲੋਗ ਇੱਥੇ ਗਾਈਜ਼ ਖਤਮ ਕਰਦੇ ਹਾਂ ਮੈਂ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਹਜੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਓ ਮਿਲਦੇ ਤੁਹਾਨੂੰ ਕਿਸੇ ਨਵੀਂ ਜਗ੍ਹਾ ਨਵੇਂ ਵਲੋਗ ਦੇ ਨਾਲ ਉਦੋਂ ਤੱਕ ਲਈ ਬਾਏ ਟੇਕ ਕੇਅਰ ਐਵਰੀਵਨ ਸੋ ਗਾਈਜ਼ ਮੈਂ ਤਾਂ ਪੈ ਗਿਆ ਸੀਗਾ ਤੇ ਵੀਰੇ ਗਏ ਹੋਏ ਸੀਗੇ ਲੁਧਿਆਣੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਮੈਨੂੰ ਉੱਠਿਆ ਮੈਨੂੰ ਇਹਦਾ ਫੋਨ ਆਇਆ ਕਹਿੰਦਾ ਕਿਹੜੀ ਕੌਫੀ ਪੀਣੀ ਹੈ ਮੈਂ ਕਿਹਾ ਤੂੰ ਮੌਕਾ ਲੈ ਆਈ ਜਾਂ ਜਿਹੜੀ ਤੈਨੂੰ ਵਧੀਆ ਲੱਗੀ ਉਹ ਲੈ ਆਈ ਤੇ ਮੈਨੂੰ ਅੱਗੋਂ ਜਵਾਬ ਇਹ ਮਿਲਿਆ ਵਾ ਤੁਸੀਂ ਆਪ ਹੀ ਦੇਖ ਲਓ ਪਹਿਲਾਂ ਜਵਾਬ ਫਿਰ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਲਓ ਵੀ ਆਹ ਦੇਖ ਲਓ ਹਾਲ ਇਹਨਾਂ ਦਾ ਇਹਨੂੰ ਮੈਂ ਕਿਹਾ ਜਿਹੜੀ ਤੈਨੂੰ ਵਧੀਆ ਲੱਗੀ ਨਾ ਤੂੰ ਉਹ ਲੈ ਆਈ ਤੇ ਮੈਨੂੰ ਕਹਿੰਦਾ ਮੈਨੂੰ ਯਾਰ ਸਮਝ ਨਹੀਂ ਲੱਗੀ ਕਿਹੜੀ ਲੈਣੀ ਹੈ ਕਿਹੜੀ ਨਹੀਂ ਕਹਿੰਦਾ ਫਿਰ ਮੈਂ ਸਾਰੀਆਂ ਹੀ ਲੈ ਆਇਆ ਤੇਰੇ ਲਈ ਜਿਹੜੀ ਕਹਿੰਦਾ ਤੂੰ ਪੀ ਕੇ ਦੇਖਣੀ ਹੈ ਜਿਹੜੀ ਤੈਨੂੰ ਸਵਾਦ ਲੱਗੀ ਤੂੰ ਉਹ ਪੀ ਲਈ ਬਾਕੀ ਮੈਂ ਆਪੇ ਪੀ ਲੂੰਗਾ ਸੋ ਦੇਖ ਲਓ ਭਰਾਵਾ ਇਹਨਾਂ ਦੇ ਹਾਲ ਆਹ ਤਾਂ ਹਾਲ ਇਹਨਾਂ ਦੇ ਆਹ ਲੋ ਮੇਲਾ ਲਈ ਬੈਠਾ ਘਰੇ ਸਟਾਰਬਕਸ ਦਾ ਹੀ ਲੋਕਾਂ ਨੂੰ ਨੈਕਸਟ ਨੈਸ ਕੈਫੇ ਦੀ ਨਹੀਂ ਮਿਲਦੀ ਹੈ ਸਟਾਰਬਕਸ ਘਰੇ ਬੈੱਡ ਭਰੀ ਬੈਠਾ ਇਹ ਬਰਗਰ ਦਾ ਵੀ ਦੇਖ ਲਓ ਤੁਸੀਂ ਇੱਕ ਬਰਗਰ ਗਿਆ ਸੀਗਾ ਚਾਰ ਬਰਗਰ ਲੈ ਆਇਆ ਵਾ ਆਲੂ ਟਿੱਕੀ ਗਏ ਸੀਗੇ ਬਾਕੀ ਜਿਹੜੇ ਮਿਕਸ ਕਰਾ ਲਿਆ ਹੁਣ ਮੈਂ ਖੋਲ੍ਹ ਕੇ ਦੇਖਦਾ ਕੀ ਲੈ ਕੇ ਆਇਆ ਅਤੇ ਤੁਸੀਂ ਦੇਖ ਲਓ ਇਹੋ ਜਿਹਾ ਭਰਾ ਹਰੇਕ ਨੂੰ ਮਿਲਣਾ ਚਾਹੀਦਾ ਮੈਂ ਆਹ ਦੇਖ ਲਓ ਤੁਸੀਂ ਥੈਂਕ ਯੂ ਵੀਰੇ ਚਲੋ ਹੁਣ ਸ਼ੁਰੂ ਮੈਂ ਕਰਦਾ ਇੱਕ ਪਾਸਿਓਂ ਸ਼ੁਰੂ ਹੋ ਜਾਊਂਗਾ ਇੱਧਰੋਂ ਸ਼ੁਰੂ ਹੁੰਦੇ ਹਾਂ ਫਿਰ ਸਾਰੀਆਂ ਹੋਟ ਕੋਲਡ ਸਾਰੀਆਂ ਪੀ ਕੇ ਦਿਖਾਉਂਦੇ ਹਾਂ ਤੁਹਾਨੂੰ ਅੱਜ